ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਜਗਦੀਸ਼ ਗਰਚ ਆਪਣੇ ਪਰਿਵਾਰ ਸਣੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਵਾਪਸ ਆ ਗਏ ਨੇ। ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਸ਼ਾਮਲ ਹੋਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਉਹਨਾਂ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕਰਵਾਇਆ ਗਿਆ, ਜਿਸ 'ਤੇ ਗਰਚਾ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ। ਉੱਥੇ ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਵਿੱਚ ਦਿੱਲੀ ਤੋਂ ਪਾਰਟੀਆਂ ਆ ਕੇ ਲੁੱਟ ਖਸੁੱਟ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਅਸੀਂ ਤੁਹਾਡੀ ਆਪਣੀ ਪਾਰਟੀ ਹਾਂ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਜਗਵੀਰ ਪਿੱਠੂ ਨੇ ਕਿਹਾ 1984 ਦੀ ਕਾਂਗਰਸ ਚੁਣੇ ਵਾਲੀ ਸੀ, ਅੱਜ ਉਹ 10 ਸਾਲ ਬਾਅਦ। ਮੈਂ ਉਹੀ ਪੁੱਛਣਾ ਚਾਹੁੰਦਾ, ਆਹ ਦੇਖੋ ਫਰਕ ਕਿੰਨਾ। ਜਦੋਂ ਕਾਂਗਰਸ ਸੀ ਉਦੋਂ ਗਾਂਧੀ 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 ਪਰਿਵਾਰ ਸਭ ਤੋਂ ਜ਼ਿਆਦਾ, ਹੁਣ ਬੀਜੇਪੀ ਦੇ ਆ ਕੇ ਕਹਿੰਦੇ 84 ਦੂਜੇ ਕੀਤੀ ਹੈ। ਆਹ ਹਾਲਾਤ ਹੈ ਇਹਨਾਂ ਦੇ, ਇਹੋ ਜਿਹੇ ਲੋਕ ਜਿਹੜੇ ਦੋਗਲੇ ਲੋਕ ਹੈ। ਆਮ ਆਦਮੀ ਪਾਰਟੀ ਅਤੇ ਹੁਣ ਕਾਂਗਰਸ ਇੱਕ ਹੋ ਗਈ ਹੈ, ਆਪਾਂ ਪਛਾਣੀਏ, ਆਹ ਸਾਰੇ ਇੱਕ ਹੈ। ਹਲੇ ਮੈਨੂੰ ਪੂਰਾ ਯਕੀਨ ਹੈ, ਹਲੇ ਸੀਟਾਂ ਤੇ ਵੀ ਇਕੱਠੇ ਲੜਨਗੇ। ਮੈਂ ਦਵਾਈ ਦਵਾਂ, ਇੰਡੀਅਨ ਗੱਠਜੋੜ ਜਦੋਂ ਹੋਇਆ ਸੀ ਉਦੋਂ ਭਗਵੰਤ ਮਾਨ ਉੱਥੇ ਕਾਂਗਰਸ ਦੀ ਤਾਰੀਫ ਕਰ ਬੋਲਦਾ। ਮੈਂ ਉਹੀ ਕਹਿ ਰਿਹਾ ਨਾ ਕਿ ਇਹਨਾਂ ਦਾ ਡਬਲ ਸਟੈਂਡਰਡ ਹੈ। ਮੈਂ ਤਾਂ ਮੈਨੂੰ ਹੁਣ ਵੀ ਕਲੀਅਰ ਹੈ ਕਿ ਹਲੇ ਰਲੇ ਆ, ਸੀਟਾਂ ਵੀ ਇਕੱਠੇ ਲੜਨਗੇ। ਇੱਥੇ ਜਿਹੜੀਆਂ ਸੀਟਾਂ ਨਹੀਂ ਡਿਕਲੇਅਰ ਕੀਤੀਆਂ ਇਕੱਠੇ ਲੜਨਗੇ। ਭਗਵੰਤ ਮਾਨ ਪਹਿਲੀ ਗੱਲ ਤਾਂ ਐਡਾ ਵੱਡਾ ਝੂਠਾ ਬੰਦਾ, ਐਡਾ ਬੰਦਾ ਝੂਠਾ ਬੰਦਾ ਨਹੀਂ ਦੇਖਿਆ ਇੱਥੇ। ਕਤਲੇਆਮ 84 ਦੇ ਕਤਲੇਆਮ ਵਾਸਤੇ ਹੋਰ ਕਹਿੰਦਾ, ਉੱਥੇ ਆ ਕੇ ਕਾਂਗਰਸ ਨੂੰ ਜੱਫੀਆਂ ਪਾਉਂਦਾ। ਇਹ ਤਾਂ ਘਟੀਏ ਬੰਦੇ ਕੋਈ ਹੋ ਨਹੀਂ ਸਕਦੇ।